ਪੰਜਾਬ 'ਚ ਲੁੱਟ ਖੋਹ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈਂਦੀਆਂ ਤੇ ਇਸੇ ਦੀ ਤਾਜ਼ਾ ਖਬਰ ਸਾਹਮਣੇ ਆਈ ਹੈ ਪਿੰਡ ਬੁੱਗਾ ਤੋਂ, ਜਿੱਥੇ ਇੱਕ ਦੁਕਾਨਦਾਰ ਦੁਕਾਨ ਬੰਦ ਕਰ ਘਰ ਨੂੰ ਵਾਪਸ ਆ ਰਿਹਾ ਸੀ, ਪਰ ਰਸਤੇ 'ਚ ਹੀ ਕੁਝ ਵਿਅਕਤੀ ਮਗਰ ਪੈ ਜਾਂਦੇ ਨੇ ਤੇ ਇਸ ਤੋਂ ਬਾਅਦ ਉਸ ਵਿਅਕਤੀ ਦਾ ਟੁੱਟਿਆ ਹੋਇਆ ਮੋਟਰਸਾਈਕਲ ਹੀ ਪਰਿਵਾਰ ਨੂੰ ਮਿਲਦਾ ਹੈ। ਇਹ ਇਲਜ਼ਾਮ ਪਰਿਵਾਰ ਦੇ ਵੱਲੋਂ ਲਗਾਏ ਜਾ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਲੁਟੇਰਿਆਂ ਦਾ ਹੀ ਇਹ ਕੰਮ ਹੋ ਸਕਦਾ ਹੈ, ਕਿਉਂਕਿ ਉਹਨਾਂ ਦੇ ਭਰਾ ਗੁਰਵਿੰਦਰ ਸਿੰਘ ਦਾ ਉਹਨਾਂ ਨੂੰ ਫੋਨ ਆਇਆ ਸੀ ਕਿ ਉਸਦੇ ਮਗਰ ਕੁਝ ਵਿਅਕਤੀ ਪੈ ਗਏ ਨੇ ਤੇ ਕੁਝ ਹੀ ਮਿੰਟਾਂ ਬਾਅਦ ਉਹ ਆਪਣੇ ਭਰਾ ਦੇ ਕੋਲ ਪਹੁੰਚਾਉਂਦੇ ਨੇ, ਪਰ ਉੱਥੇ ਉਹਨਾਂ ਨੂੰ ਉਹਨਾਂ ਦਾ ਭਰਾ ਨਹੀਂ ਮਿਲਦਾ, ਸਗੋਂ ਅੱਗੋਂ ਇਹ ਟੁੱਟਿਆ ਹੋਇਆ ਮੋਟਰਸਾਈਕਲ ਜ਼ਰੂਰ ਮਿਲਦਾ ਹੈ। ਮੇਰਾ ਬ੍ਰਦਰ ਦੁਕਾਨ ਬੰਦ ਕਰਕੇ ਪਿੰਡ ਨੂੰ ਆਉਂਦਿਆ ਸੀ, ਆਉਂਦਿਆਂ 8:26 ਤੇ ਉਹਨੇ ਮੈਨੂੰ ਫੋਨ ਕੀਤਾ ਕਿ ਛੇਤੀ ਆ ਜਾਓ, ਪੁੱਲ ਤੇ ਮੈਨੂੰ ਬੰਦੇ ਪੈ ਗਏ, ਬਚਾ ਲਓ। 8:29 ਤੇ ਅਸੀਂ ਇੱਥੇ ਪਹੁੰਚ ਗਏ ਹਾਂ। ਜਾਂਦੇ ਨੂੰ ਇਕੱਲਾ ਮੋਟਰਸਾਈਕਲ ਹੀ ਇੱਥੇ ਹੈਗਾ ਸੀ ਤੇ ਆਪ ਨਹੀਂ ਉੱਥੇ ਹੈਗਾ। ਅਸੀਂ ਬਥੇਰਾ ਲਾਗੇ ਲੱਭਿਆ ਪਰ ਨਹੀਂ ਗੱਲ ਬਣੀ। ਬੰਦ ਕਰਕੇ ਆਉਂਦੇ ਨੇ ਤੇ ਪੁਲ ਤੇ ਨਜ਼ਦੀਕੀ ਰਹਿ ਗਏ 1 ਕਿਲੋਮੀਟਰ ਪਿੰਡ ਤੋਂ ਦੂਰ ਤੇ ਉਹਨਾਂ ਨੂੰ ਉੱਥੇ ਬੰਦੇ ਪੈ ਗਏ। ਛੋਟੇ ਵੀਰ ਨੂੰ ਉਹਨਾਂ ਨੇ ਫੋਨ ਕੀਤਾ ਵੀ ਮੈਨੂੰ ਬੰਦੇ ਪੈ ਗਏ ਨੇ ਤੇ ਆਓ ਮੇਰੇ ਮਗਰ। ਜਦੋਂ ਅਸੀਂ ਉੱਥੇ ਗਏ ਆ 4 ਮਿੰਟਾਂ ਬਾਅਦ ਉੱਥੇ ਭਾਜੀ ਮੋਟਰਸਾਈਕਲ ਹੀ ਆ ਤੇ ਸਾਡੇ ਵੀਰ ਜੀ ਨਹੀਂ ਉੱਥੇ ਹੈਗੇ ਤੇ ਸ਼ੀਲਦਾ ਮੋਟਰਸਾਈਕਲ ਦੀਆਂ ਟੁੱਟੀਆਂ ਦਾ ਮੋਟਰਸਾਈਕਲ ਸਾਈਡ ਤੇ ਲੱਗਾ ਹੈ ਤੇ ਰਾਤ ਦੇ ਮਤਲਬ ਹੋਏ ਨੇ ਗਵਾਹ, ਮਤਲਬ ਇਹ ਨਹੀਂ ਪਤਾ ਲੱਗਣ ਦਿਆ ਵੀ ਜਾਂ ਕਿਸੇ ਬੰਨੇ ਕੋਈ ਲੁੱਟ ਖੋਹ ਵਾਲੇ ਨੇ ਖੜਿਆ ਹੈ ਤੇ ਜਾਂ ਉਹਨਾਂ ਨੂੰ ਕਿਸੇ ਨੇ ਵੀ ਮਾਰਨ ਵਾਸਤੇ ਖੜਿਆ। ਤੋੜ ਭਾਨੀ ਕੀਤੀ ਜਿੱਦਾਂ ਕਿ ਇਹਨੇ ਚੱਲਦੇ ਮੋਟਰਸਾਈਕਲ ਤੇ ਉਹਨੂੰ ਕੋਈ ਡਾਂਗਾ ਡੂੰਗਾ ਮਾਰ ਕੇ ਰੋਕਣ ਦੀ ਕੋਸ਼ਿਸ਼ ਕੀਤੀ ਆ ਤੇ ਫਿਰ ਉਹਤੇ ਬਾਅਦ ਉਹਦੇ 'ਤੇ ਅਟੈਕ ਕੀਤਾ ਜੀ। ਭਾਜੀ ਆਪਣੇ ਇਨਸਾਫ ਲਈ ਕਰਦੇ ਹਾਂ ਜੀ, ਦੋ ਉਹਨਾਂ ਦੇ ਬੱਚੇ ਨੇ, ਬੇਟੇ ਦੋ ਉਹਨਾਂ ਦੀ, ਹਾਂਜੀ। ਅਸੀਂ ਇਹੋ ਚਾਹੁੰਦੇ ਹਾਂ ਵੀ ਚੱਲ ਉਹਨੂੰ ਆਪਣੇ ਜਿੱਥੇ ਵੀ ਕਿਤੇ ਹੈਗਾ ਹੈ, ਚਲੋ ਸਾਡੇ ਨਾਲ ਮਹਿਕਮਾ ਫੁੱਲ ਤੋਂ ਫੁੱਲ ਸਾਡੀ ਮਦਦ ਕਰੇ ਤੇ ਉਹਨਾਂ ਨੂੰ ਲੱਭਣ ਦੀ ਆਪਾਂ ਕੋਸ਼ਿਸ਼ ਕਰੀਏ ਜੀ। ਤੇ ਜਿਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਭਰਾ ਨੂੰ ਲੱਭਿਆ ਜਾਵੇ। ਤਾਂ ਉਧਰ ਪੁਲਿਸ ਅਧਿਕਾਰੀਆਂ ਨੇ ਵੀ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰਨ ਦੀ ਗੱਲ ਕੀਤੀ ਹੈ। ਹੋਰ ਕੀ ਕਹਿ ਰਹੇ ਨੇ ਪੁਲਿਸ ਅਧਿਕਾਰੀ, ਤੁਸੀਂ ਖੁਦ ਸੁਣ ਲਓ। ਦੇਰ ਨਾਈਟ ਸਾਨੂੰ ਇਤਲਾਹ ਮਿਲੀ ਸੀ ਫੋਨ ਤੇ ਕਿ ਗੁਰਵਿੰਦਰ ਸਿੰਘ ਦੋਧੀ ਡੇਅਰੀ ਦਾ ਕੰਮ ਕਰਦਾ, ਪੂੰਗੇ, ਉਹ ਆਪਣੇ ਘਰ ਨੂੰ ਜਾ ਰਿਹਾ ਸੀ ਤੇ ਰਸਤੇ ਦੇ ਵਿੱਚ ਕੁਝ ਅਣਪਛਾਤੇ ਵਿਅਕਤੀਆਂ ਨੇ ਉਹਨੂੰ ਅਗਵਾ ਕਰ ਲਿਆ। ਉਹਦਾ ਮੋਟਰਸਾਈਕਲ ਜਿਹੜਾ ਨਹਿਰ ਦੀ ਪਟੜੀ ਤੇ ਖੜਾ। ਉਹਨਾਂ ਦੇ ਪਰਿਵਾਰਕ ਮੈਂਬਰ ਸਾਡੇ ਕੋਲ ਥਾਣੇ ਆਏ ਨੇ, ਉਹ ਜਿਸ ਤਰ੍ਹਾਂ ਵੀ ਚਾਹੁੰਗੇ ਉਹਨਾਂ ਦੇ ਸਟੇਟਮੈਂਟ ਜੋ ਵੀ ਹੋਊਗੀ ਉਹਦੇ ਅਨੁਸਾਰ ਕਾਰਵਾਈ ਕੀਤੀ। ਸੋ ਪੰਜਾਬ ਦੇ ਹਾਲਾਤ ਕੁਝ ਅਜਿਹੇ ਬਣ ਗਏ ਨੇ ਕਿ ਇੱਥੇ ਕੋਈ ਵੀ ਕਿਸੇ ਵੀ ਵਾਰਦਾਤ ਨੂੰ ਬੇਖੌਫ ਅੰਜਾਮ ਦੇ ਰਿਹਾ ਹੈ ਤੇ ਲੁਟੇਰਿਆਂ ਦੇ ਹੌਸਲੇ ਦਿਨੋ ਦਿਨ ਵੱਧਦੇ ਤੇ ਬੁਲੰਦ ਹੁੰਦੇ ਨਜ਼ਰ ਆ ਰਹੇ ਨੇ। ਅਜਿਹੀਆਂ ਖਬਰਾਂ ਤੋਂ ਬਾਅਦ ਪੰਜਾਬ ਦਾ ਹਰ ਵਿਅਕਤੀ ਡਰਿਆ ਨਜ਼ਰ ਆਉਂਦਾ ਹੈ ਤੇ ਅਜਿਹੀਆਂ ਖਬਰਾਂ ਪੰਜਾਬ ਦੇ ਵਿੱਚ ਰੁਕਣ ਦਾ ਨਾਮ ਨਹੀਂ ਲੈ ਰਹੀਆਂ।